ਇਹ ਉੱਤੇ ਚੜ੍ਹਦੇ ਸਾਰੇ। ਅੰਮ੍ਰਿਤਸਰ ਦੇ ਗੁਰੂ ਦੀ ਵਡਾਲੀ ਦੇ ਵਿੱਚ ਅਸੀਂ ਖੜ੍ਹੇ ਹਾਂ, ਜਿੱਥੋਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ। ਟਰੈਕਟਰ ਦੇ ਨਾਲ ਸ਼੍ਰੀ ਨਿਸ਼ਾਨ ਸਾਹਿਬ ਨੂੰ ਢੇਰੋ ਢਹੀ ਕੀਤਾ ਗਿਆ। ਸੋ ਉਸ ਜਗ੍ਹਾ 'ਤੇ ਅਸੀਂ ਖੜ੍ਹੇ ਹਾਂ, ਗਰਾਊਂਡ ਜ਼ੀਰੋ 'ਤੇ। ਇਸ ਜਗ੍ਹਾ 'ਤੇ ਸ਼੍ਰੀ ਨਿਸ਼ਾਨ ਸਾਹਿਬ ਲੱਗਾ ਸੀ। ਲੇਕਿਨ ਇਹ ਜਗ੍ਹਾ ਜ਼ਰੂਰ ਕਾਰਪੋਰੇਸ਼ਨ ਦੀ ਆ, ਕਿਤੇ ਦੁਆਰਾ ਲਗਾਇਆ ਗਿਆ ਸੀ, ਪਿੰਡ ਵਾਲਿਆਂ ਦੁਆਰਾ ਨਿਸ਼ਾਨ ਸਾਹਿਬ ਨੂੰ ਲਗਾਇਆ ਗਿਆ ਸੀ, ਲੇਕਿਨ ਕੁਝ ਲੋਕਾਂ ਦੁਆਰਾ ਉਸਨੂੰ ਢਾ ਦਿੱਤਾ ਗਿਆ। ਹਾਲਾਂਕਿ ਪੁਲਿਸ ਦੁਆਰਾ ਇਸ ਮਾਮਲੇ ਦੇ ਵਿੱਚ ਮਾਮਲਾ ਦਰਜ ਕਰ ਲਿੱਤਾ ਗਿਆ। ਸੋ ਨਿਹੰਗ ਜਥੇਬੰਦੀਆਂ ਇਸ ਜਗ੍ਹਾ 'ਤੇ ਪੁੱਜੀਆਂ ਵਾ, ਸਾਡੇ ਨਾਲ ਮੌਜੂਦ ਆ, ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਭਾਅ ਜੀ, ਨਿਸ਼ਾਨ ਸਾਹਿਬ ਜੀ ਇਸ ਜਗ੍ਹਾ 'ਤੇ ਵਿਰਾਜਮਾਨ ਸੀ, ਲੱਗੇ ਸੀ, ਲੇਕਿਨ ਉਸਨੂੰ ਢਾ ਦਿੱਤਾ ਗਿਆ, ਆਖਿਰ ਵਜ੍ਹਾ ਕੀ ਹੋਈ ਹੈ, ਕੌਣ ਸੀ ਉਹ ਲੋਕ? ਉਹ ਜੀ ਵਜ੍ਹਾ ਕੁਛ ਨਹੀਂ ਹੋਈ, ਗੁਰੂ ਘਰ ਜਿਹੜਾ ਸੀ ਇੱਥੇ ਬਣਨ ਵਾਸਤੇ ਤੁਹਾਡੇ ਨਾਲ ਪਹਿਲਾਂ ਭਾਈ ਸਾਹਿਬ ਨੇ ਗੱਲ ਕੀਤੀ ਆ ਕਿ ਇੱਥੇ ਜਿਹੜੀ ਸੀ ਨਾ ਇਹ ਕਲੋਨੀ, ਇਹ ਜਗ੍ਹਾ ਦਿੱਤੀ ਸੀਗੀ ਇੱਕ ਸਕੂਲ ਵਾਸਤੇ, ਇੱਕ ਗੁਰਦੁਆਰਾ ਸਾਹਿਬ ਵਾਸਤੇ। ਉਹ ਕਿਉਂਕਿ ਕੁਝ ਇਹਨਾਂ ਦੇ ਜਿਹੜੇ ਸੀ ਇਹਨਾਂ ਤੋਂ ਸ਼ੁਰੂ ਤੋਂ ਉੱਤੇ ਤੁਹਾਨੂੰ ਪਤਾ ਵਾ ਵੀ ਗਰੀਬ ਜਨਤਾ ਨੂੰ ਇਹ ਦੱਬਦੇ ਆਏ ਆ, ਕਿਉਂਕਿ ਜ਼ਿਮੀਂਦਾਰ ਹੋਣ ਕਰਕੇ ਇਹਨਾਂ ਦੀ ਜਿਹੜੀ ਆ ਹੋਮੇ ਹੰਕਾਰ ਜਿਹੜਾ ਇਹ ਨਹੀਂ ਜਾਂਦਾ, ਕਿਉਂਕਿ ਇਹਨਾਂ ਨੇ ਜ਼ਮੀਨ ਇੰਨੀ ਜਿਹੜੀ ਆ, ਤੁਹਾਨੂੰ ਅੱਗੇ ਵੀ ਦੱਸਿਆ ਕਿ 25 ਤੋਂ 30 ਕਿੱਲੇ ਜਿਹੜੀ ਜ਼ਮੀਨ ਆ ਇਹ ਸਰਕਾਰੀ ਜ਼ਮੀਨ ਆ, ਉਹ ਬਾਹਰ ਏ ਸੀ। ਪਰ ਆਪਾਂ ਤਾਂ ਉਹਨਾਂ ਨੂੰ ਇਹ ਭਾਈਚਾਰੇ ਨੇ ਤਾਂ ਕੁਝ ਨਹੀਂ ਕਿਹਾ ਵੀ ਮਤਲਬ ਜਾ ਕੇ ਤੁਸੀਂ ਜ਼ਮੀਨ ਛਡਾਉਣੀ ਜਾਂ ਕੁਝ ਕਰਨਾ, ਉਹਨਾਂ ਵਾਸਤੇ ਕੁਝ ਨਹੀਂ ਕਿਹਾ। ਪਰ ਇਹਨਾਂ ਨੇ ਇੱਥੇ ਨਿਸ਼ਾਨ ਸਾਹਿਬ ਲੱਗਣ ਕਰਕੇ ਗੁਰੂ ਘਰ ਬਣਨ ਵਾਸਤੇ ਜਿਹੜਾ ਕਿ ਸਰਕਾਰੀ ਜਗ੍ਹਾ ਦਿੱਤੀ ਹੋਈ ਹੈ ਪੰਚਾਇਤ ਨੇ, ਪੰਚਾਇਤ ਵੱਲੋਂ ਜਿਹੜੀ ਮਿਲੀ ਹੋਈ ਆ, ਮਤਲਬ ਇਹਦੇ 'ਤੇ ਸਾਰਾ ਕੁਛ ਹੈਗਾ। ਪਰ ਇਹਨਾਂ ਨੇ ਫਿਰ ਵੀ ਜਿਹੜਾ ਉਹ ਜਿਹੜੀ ਹੋਮੇ ਹੰਕਾਰ ਇਹਨਾਂ ਦਾ ਨਹੀਂ ਜਾਂਦਾ, ਇਹਨਾਂ ਨੇ ਟਰੈਕਟਰ ਮਾਰ ਮਾਰ ਕੇ ਬੈਕ ਕਰ ਕਰਕੇ ਟਰੈਕਟਰ ਮਾਰੇ ਆ, ਉਹਨਾਂ ਨੂੰ ਢੇਰੀ ਕਰ ਦਿੱਤਾ, ਯਾਨੀ ਕਿ ਵੀਡੀਓ ਵੇਖਣ ਯੋਗ ਨਹੀਂ ਗੀ। ਇੱਥੇ ਹੋ ਸਕਦਾ ਸੀ ਕਿ ਜੇ ਮਤਲਬ ਜਥੇਬੰਦੀਆਂ ਦੇ ਸਾਹਮਣੇ ਇਹੋ ਜਿਹਾ ਕਾਰਜ ਹੁੰਦਾ ਤਾਂ ਹੋ ਸਕਦਾ ਇਹ ਤੋਂ ਕਤਲ ਕਾਰਜ ਵੀ ਹੁੰਦਾ, ਕਿਉਂਕਿ ਜਿਹੜੀ ਹੁਣ ਗੁਰੂ ਦੀ ਫੌਜ ਆ, ਮਹਾਰਾਜ ਨੇ ਸਾਨੂੰ ਸਾਜਿਆ ਵਾ, ਸਾਨੂੰ ਕਿਉਂਕਿ ਬੇਅਦਬੀਆਂ ਵਾਸਤੇ ਤਾਂ ਸਾਜਿਆ ਵੀ ਇੱਥੇ ਬੇਅਦਬੀ ਨਹੀਂ ਹੋਣੀ ਚਾਹੀਦੀ। ਅਤੇ ਇਹ ਸਾਡੇ ਹੀ ਸਿੱਖ ਭਾਈਚਾਰਾ ਹੈ ਨਾ, ਕੋਈ ਉਹ ਦੂਜਾ ਕਰੇ ਮੁਗਲ ਆਣ ਕੇ ਕਰਨਾ ਅਤੇ ਉਹਨਾਂ ਨੂੰ ਤਾਂ ਆਪਾਂ ਕੁਝ ਕਹੀਏ, ਪਰ ਇਹ ਸਿੱਖ ਹੋ ਕੇ ਹੀ ਫਿਰ ਇਹ ਕੀ ਕਰ ਰਹੇ ਆ, ਉਹ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਨਾ, ਇਹ ਨਿਸ਼ਾਨ ਸਾਹਿਬ ਨਾਲੇ ਤਾਂ ਢਾ ਰਹੇ ਆ ਅਤੇ ਨਾਲੇ ਜਕਾਰੇ ਛੱਡ ਰਹੇ ਆ, ਜਕਾਰੇ ਕਿਹਦੇ ਛੱਡ ਰਹੇ ਜੇ ਜਿਹਦਾ ਹੀ ਨਿਸ਼ਾਨ ਸਾਹਿਬ ਢਾ ਰਹੇ ਆ। ਇਹਦੇ ਵਿੱਚ ਬਹੁਤ ਜ਼ਿਆਦਾ ਨਿੰਦਣਯੋਗ ਜਿਹੜੀ ਇਹ ਗੱਲ ਆ, ਯਾਨੀ ਕਿ ਬਰਦਾਸ਼ਤ ਹੋਣ ਤੋਂ ਬਾਹਰ ਆ ਜੀ। ਪੁਲਿਸ ਦੁਆਰਾ ਮਾਮਲਾ ਦਰਜ ਕਰ ਲਿੱਤਾ ਗਿਆ, ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਪਾਈ, ਅੱਜ ਤੱਕ ਬੰਦੇ ਅਰੈਸਟ ਨਹੀਂ ਹੋਏ। ਹੁਣ ਅੱਗੋਂ ਕੀ ਤੁਹਾਡੀ ਕਾਰਵਾਈ ਹੈ, ਅੱਗੋਂ ਕੀ ਤੁਸੀਂ ਸਟੈਪ ਚੁੱਕੋਗੇ? ਅੱਗੋਂ ਜੀ ਸਾਡੇ ਮਹਾਂਪੁਰਸ਼ਾਂ ਨੇ ਜੋ ਵੀ ਹੁਕਮ ਲਾਤਾ ਅਸੀਂ ਉਸੇ ਤਰੀਕੇ ਦੇ ਨਾਲ ਚੱਲਾਂਗੇ। ਕੱਲ੍ਹ ਦੀ ਮੀਟਿੰਗ ਆ 16 ਤਰੀਕ ਦੀ, 16 ਤਰੀਕ ਦੀ ਮੀਟਿੰਗ ਆ, ਉਹਦੇ ਵਿੱਚ ਸਾਰਾ ਜੋ ਵੀ ਕੁਝ ਆ ਫਿਰ ਆਪਾਂ ਪੁਲਿਸ 'ਤੇ ਵੀ ਜ਼ੋਰ ਪਾਵਾਂਗੇ, ਯਾਨੀ ਕਿ ਇਹ ਕਾਰਵਾਈ ਨੂੰ ਆਪਾਂ ਜਾਰੀ ਰੱਖਾਂਗੇ, ਇਹਦਾ ਜੋ ਵੀ ਹੱਕ ਬਣਦਾ ਉਹ ਆਪਾਂ ਕਰਾਵਾਂਗੇ, ਇਹਨਾਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਜ਼ਰੂਰ ਕਰਵਾ ਕੇ ਫਿਰ ਹਟਾਂਗੇ। ਬਾਈ, ਇਸ ਤੋਂ ਪਹਿਲਾਂ ਕਿਉਂਕਿ ਇੱਕ ਨਿਸ਼ਾਨ ਸਾਹਿਬ ਨੂੰ ਢਾਹ ਢਾਹੀ ਕੀਤਾ ਗਿਆ, ਉਲਟਾ ਉਸਦੀ ਵੀਡੀਓ ਵੀ ਵਾਇਰਲ ਕਰ ਦਿੱਤੀ ਗਈ, ਕੀ ਲੱਗਦਾ ਕਿ ਬੇਇਨਸਾਫੀ ਹੋਈ ਹੈ, ਜਿਹੜੀ ਬੇਅਦਬੀ ਹੋਈ ਹੈ ਇਸ ਮਾਮਲੇ ਦੇ ਵਿੱਚ? ਪੁਲਿਸ ਦੁਆਰਾ ਕੜੀ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿੱਤਾ ਗਿਆ, ਲੇਕਿਨ ਉਹਨਾਂ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਬਿਲਕੁਲ ਜੀ, ਵੇਖੋ ਇਹ 'ਚ ਕਾਰਜਕਾਰੀ ਜਿਹੜੀ ਇਹਨਾਂ ਦੀ ਢਿੱਲੀ ਆ, ਸਤਿਗੁਰੂ ਗੁਰੂ ਸਾਹਿਬਾਂ ਅਤੇ ਨਿਸ਼ਾਨ ਸਾਹਿਬ ਦੀ ਇੰਨੀ ਨਿੰਦਣਯੋਗ ਬੇਅਦਬੀ ਹੋਈ ਆ, ਫਿਰ ਵੀ ਕਾਰਵਾਈ ਢਿੱਲੀ ਹੋਵੇ ਅਤੇ ਇਹ ਵੀ ਗੱਲ ਦੀ ਜਿਹੜੀ ਨਿੰਦਣਯੋਗ ਗੱਲ ਆ, ਪੁਲਿਸ ਪ੍ਰਸ਼ਾਸਨ ਵੱਲੋਂ ਵੀ ਹੁਣ ਤੱਕ ਜਿਹੜੇ ਬੰਦੇ ਅਰੈਸਟ ਹੋ ਜਾਣੇ ਚਾਹੀਦੇ ਸੀ। ਜਿਹੜੇ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਗਈ ਆ, ਉਹਨਾਂ ਨੇ ਬਹੁਤ ਮਾੜਾ ਕੰਮ ਕੀਤਾ ਵਾ, ਅਸੀਂ ਸਾਰੀ ਜਥੇਬੰਦੀਆਂ ਸਾਰੇ ਇਸ ਦਾ ਵਿਰੋਧ ਕਰਦੇ ਹਾਂ, ਅਤੇ ਇਹਨਾਂ ਨੇ ਇੱਥੋਂ ਤੱਕ ਕੀਤਾ ਵੀ ਸਾਡੇ ਜਿੱਥੇ ਮੁੱਖ ਸੇਵਾਦਾਰ ਸੀ ਉਹਨਾਂ ਦੇ ਸ਼ਸਤਰ ਵੀ ਲੈ ਗਏ ਆ, ਜਿਹੜੇ ਨਾਲ ਉਹਨਾਂ ਮਾਰਕੁੱਟ ਕੀਤੀ, ਇੱਥੋਂ ਤੱਕ ਗੁਰੂ ਮਹਾਰਾਜ ਦੇ ਪੋਥੀਆਂ ਸੀ ਇੱਥੇ ਰੱਖੀਆਂ ਜਿਹੜੇ ਬਾਣੀ ਪੜ੍ਹਦੇ ਸੀ, ਉਹ ਵੀ ਇਹ ਨਾਲ ਹੀ ਲੈ ਕੇ ਦਰਿੰਦੇ, ਅਸੀਂ ਦਰਿੰਦਿਆਂ ਨੂੰ ਵੱਧ ਤੋਂ ਵੱਧ ਕਹਿੰਦੇ ਵਿੱਚ ਗ੍ਰਿਫਤਾਰ ਕੀਤਾ ਜਾਵੇ, ਜਿੰਨੇ ਵੀ ਹੈਗੇ ਸਾਰੇ ਦੋਸ਼ੀ ਫੜੇ ਜਾਣ, ਮੇਨ ਜਿਹੜੇ ਦੋਸ਼ੀ ਆ ਉਹ ਵੀ ਅਤੇ ਦੂਜੇ ਵੀ ਹਾਲੇ ਸਾਰੇ ਭਗੌੜੇ ਆ ਜੀ, ਕੋਈ ਪੁਲਿਸ ਨੇ ਫੜਿਆ ਨਹੀਂ, ਪੁਲਿਸ ਦੀ ਕਾਰਗੁਜ਼ਾਰੀ ਜੀ ਬਹੁਤ ਢਿੱਲੀ ਆ ਜੀ, 12 ਤਰੀਕ ਦੀ ਗੱਲ ਆ ਜੀ, ਅੱਜ 15 ਤਰੀਕ ਹੋ ਗਈ ਆ ਜੀ, ਅਸੀਂ ਬੇਨਤੀ ਕਰਦੇ ਉੱਚ ਅਫਸਰ ਨਹੀਂ ਜੀ, ਅਸੀਂ ਮੌਕੇ ਦਿੰਦੇ, ਅਸੀਂ ਤਾਂ 10-10, 20-20 ਰੁਪਏ ਸੇਵਾ ਇਕੱਠਾ ਹੀ ਕਰਨ ਗਏ ਗੁਰਦੁਆਰਾ ਸਾਹਿਬ ਦੀ ਉਸਾਰੀ ਵਾਸਤੇ,
ਜਿਹੜੀ ਉਹ ਲੈਣ ਗਏ ਸਨ ਅਤੇ ਇਹਨਾਂ ਦੇ ਪਿੱਛੋਂ ਮੁੱਕ ਨਾ ਹੋਣ ਕਰਕੇ ਜਥੇਬੰਦੀਆਂ ਸਾਡੀਆਂ ਅਤੇ ਇਹਨਾਂ ਨੂੰ ਨਜਾਇਜ਼ ਫਾਇਦਾ ਉਠਾਇਆ ਜੀ। ਜੋ ਕੁਝ ਹੋਇਆ, ਜੋ ਕੁਝ ਇੱਥੇ ਵਾਪਰਿਆ ਵਾ, ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਗਈ ਆ, ਇਹਦਾ ਮਸਲਾ ਹੈ ਕਿ ਇਹ ਜਿਹੜੀ ਸਾਡੇ ਪਿੰਡ ਦੇ ਗੁਰੂ ਕੀ ਵਡਾਲੀ ਦੀ ਪੰਚਾਇਤੀ ਪੈਲੀ ਆ 20x22 ਕਿੱਲੇ, ਜਿਹਦੇ ਵਿੱਚੋਂ 1975 ਦੇ ਵਿੱਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਗਰੀਬ ਪਰਿਵਾਰਾਂ ਨੂੰ ਇਹ ਕਨੌਲੀ ਅਲਾਟਮੈਂਟ ਕੀਤੀ ਸੀ। ਉਹਦੇ ਨਾਲ ਲੱਗਦੀ ਇਹ ਜਿਹੜੀ 6 ਕਨਾਲਾਂ ਜ਼ਮੀਨ ਆ, ਉਸ ਸਮੇਂ ਦੇ ਮੌਜੂਦਾ ਸਰਪੰਚ ਨੇ ਇਸ ਕਨੌਲੀ ਦੇ ਨਿਵਾਸੀਆਂ ਨੂੰ ਗੁਰਦੁਆਰਾ ਸਾਹਿਬ 'ਤੇ ਮਤਲਬ ਸਕੂਲ ਬਣਾਉਣ ਵਾਸਤੇ ਦਿੱਤੀ ਸੀ। ਪਰ ਲੇਕਿਨ ਇਹ ਜਿਹੜਾ ਕਾਰਪੋਰੇਸ਼ਨ ਦਾ ਚੱਲ ਰਿਹਾ ਮਸਲਾ, ਵੀ ਉਹ ਹੁਣ ਉੱਥੇ ਜ਼ਿਮੀਦਾਰ ਸਾਰੇ ਕਾਰਪੋਰੇਸ਼ਨ ਦੀ ਜਗ੍ਹਾ 'ਤੇ ਕਾਬਜ਼ ਨੇ, ਅਤੇ ਇਹ ਵੀ ਕਾਰਪੋਰੇਸ਼ਨ ਦੀ ਜਗ੍ਹਾ ਵਾ ਜਿਹੜੀ ਹੁਣ ਮੌਜੂਦਾ ਚੱਲ ਰਹੀ ਆ। ਲੇਕਿਨ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਕਨੌਲੀ ਵਾਸੀਆਂ ਵੱਲੋਂ ਨਿਸ਼ਾਨ ਸੋ ਲਾ ਕੇ ਗੁਰਦੁਆਰਾ ਸੇਵਾ ਦੀ ਉਸਾਰੀ ਜਿਹੜੀ ਸ਼ੁਰੂ ਕਰਨੀ ਸੀ, ਉਹਦਾ ਸਾਰੇ ਪ੍ਰਬੰਧ ਹੋ ਰਹੇ ਸਨ। ਪਰ ਲੇਕਿਨ ਇਹ ਜਿਹੜੇ ਲੋਕ ਸ਼ਰਾਰਤੀ ਆ, ਇਹਨਾਂ ਨੇ ਆਣ ਕੇ ਜੋ ਗੁਰੂ ਮਹਾਰਾਜ ਦੇ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਆ, ਇਹ ਬੜੀ ਨਿੰਦਣਯੋਗ ਆ, ਬੜੀ ਘਟਨਾ ਜਿਹੜੀ ਇਹਨੇ ਕੀਤੀ ਆ ਬਹੁਤ ਮਾੜੀ ਕੀਤੀ ਆ। ਕਿਉਂਕਿ ਆਹ ਜਿਹੜੇ ਇਸ ਤਰੀਕੇ ਨਾਲ ਤੁਸੀਂ ਵੀਡੀਓ ਵਾਇਰਲ ਹੋਈ ਆ ਵੇਖ ਰਹੇ ਜੋ, ਇਹ ਬੜੀ ਇੱਕ ਸ਼ਰਮ ਵਾਲੀ ਗੱਲ ਆ ਕਿ ਗੁਰੂ ਮਹਾਰਾਜ ਦਾ ਨਿਸ਼ਾਨ ਲੱਗਾ ਹੋਵੇ, ਜੇਕਰ ਤੁਸੀਂ ਲਾਉਣਾ ਹੀ ਸੀ ਤੁਸੀਂ ਕਿਸੇ ਦੇ ਹੁਕਮਾਂ ਮੁਤਾਬਕ ਜਾਂ ਆਪਣੀ ਮਰਜ਼ੀ ਨਾਲ ਵੀ ਤੁਸੀਂ ਲਾਉਣਾ, ਵੀ ਇੱਥੇ ਨਹੀਂ ਲੱਗਣਾ। ਕਾਰਵਾਈ ਤੋਂ ਸੰਤੁਸ਼ਟ ਹੋ? ਨਹੀਂ ਨਹੀਂ ਨਹੀਂ, ਹਜੇ ਪੁਲਿਸ ਦੀ ਕਾਰਵਾਈ ਤੋਂ ਅਸੀਂ ਸੰਤੁਸ਼ਟ ਨਹੀਂ ਹੈਗੇ, ਕਿਉਂਕਿ ਪਰਚੇ ਜ਼ਰੂਰ ਦਰਜ ਹੋਏ ਆ, ਪਰ ਲੇਕਿਨ ਉਹਨਾਂ ਦੀ ਗ੍ਰਿਫਤਾਰੀਆਂ ਬਾਕੀ ਆ। ਕੱਲ੍ਹ ਸਾਡੀਆਂ ਜਥੇਬੰਦੀਆਂ ਸਾਰੀਆਂ ਸਾਡੇ ਸਤਿਕਾਰਯੋਗ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਜਿਹੜੇ ਉਹਨਾਂ ਦੀ ਅਗਵਾਈ ਹੇਠ ਇੱਥੇ ਜਥੇਬੰਦੀਆਂ ਦੇ ਹੋਰ ਵੀ ਆਗੂ ਸਾਹਿਬਾਨ ਕੱਲ੍ਹ ਪਹੁੰਚ ਰਹੇ ਨੇ, ਠੀਕ ਆ, ਉਹ ਅਗਲਾ ਫੈਸਲਾ ਜੋ ਕਰਨਗੇ ਅਸੀਂ ਸਾਰੇ ਜਥੇਬੰਦੀਆਂ ਦੇ ਹੁਕਮ ਨੂੰ ਮੰਨਾਂਗੇ ਜੀ। ਜੀ ਬਡਾਲੀ ਪਿੰਡ ਦੇ ਇੱਕ ਏਰੀਆ ਜਿਹੜੀ ਕਾਰਪੋਰੇਸ਼ਨ ਦੀ ਜਗ੍ਹਾ ਆ, ਉਹਦੇ ਵਿੱਚ ਸਾਡੇ ਇੱਕ ਕੰਪਲੇਨ ਆਈ ਆ ਕਿ ਕੁਝ ਲੋਕਾਂ ਵੱਲੋਂ ਜਿਹੜਾ ਨਿਸ਼ਾਨ ਸਾਹਿਬ ਸੀਗਾ ਉਹਨੂੰ ਉਠਾਇਆ ਗਿਆ, ਅਤੇ ਉਹਦੇ ਖਿਲਾਫ਼ ਬਣਦੀ ਕਾਰਵਾਈ ਜਿਹੜਾ ਪੁਰਾਣਾ 295 ਦਾ ਸੀਗਾ ਧਾਰਾ, ਉਹਨੂੰ ਆਪਾਂ 298 ਅਤੇ 324 ਦੇ ਵਿੱਚ ਆਪਾਂ ਪਰਚਾ ਦਰਜ ਕਰਕੇ 4 ਬੰਦਿਆਂ ਖਿਲਾਫ਼ ਅਤੇ ਕੁਝ ਪਛਾਤੇ ਵਿਅਕਤੀ ਆ ਉਹਨਾਂ ਖਿਲਾਫ਼ ਆਪਾਂ ਪਰਚਾ ਦਰਜ ਕੀਤਾ। ਬਾਈ ਨੇਮ ਸਾਡੇ ਕੋਲ ਇਹਨਾਂ ਨੇ 4 ਉੱਥੋਂ ਬੰਦੇ ਲਿਖਾਏ ਨੇ, ਉਹਨਾਂ ਵਿੱਚੋਂ ਇੱਕ ਹੈਗਾ ਆ ਜੀ ਭੋਲਾ ਸਿੰਘ, ਆ ਮਹਿੰਦਰ ਸਿੰਘ, ਭੁਪਿੰਦਰ ਅਤੇ ਧਰਮਿੰਦਰ ਸਿੰਘ, ਇਹ 4 ਅਤੇ ਹੋਰ ਅਣਪਛਾਤੇ ਵਿਅਕਤੀ ਵੀ ਗਏ ਜਿਹਨਾਂ ਵੱਲੋਂ ਉਠਾਇਆ ਗਿਆ। ਅੱਛਾ ਸਰ, ਇਹ ਵੀਡੀਓ ਵਾਇਰਲ ਹੋਈ ਹੈ ਤਾਂ ਕਰਕੇ ਮਾਮਲਾ ਦਰਜ ਕੀਤਾ ਗਿਆ ਜਾਂ ਫਿਰ ਕਿਸੇ ਕੋਈ ਕੰਪਲੇਂਟ ਹੈ ਕਾਰਪੋਰੇਸ਼ਨ ਦੀ ਜਗ੍ਹਾ ਉਹ ਕੰਪਲੇਂਟ ਨੇ? ਇਹਦੀ ਕਾਰਪੋਰੇਸ਼ਨ ਵੱਲੋਂ ਕੋਈ ਕੰਪਲੇਂਟ ਨਹੀਂ ਸਾਡੇ ਕੋਲ, ਇਹ ਜਿਹਨਾਂ ਵੱਲੋਂ ਬਣਵਾਇਆ ਗਿਆ ਸੀਗਾ ਨਿਸ਼ਾਨ ਸਾਹਿਬ, ਉੱਥੇ ਇੱਕ ਬੰਦਾ ਇਹ ਵਿਅਕਤੀ ਰਹਿੰਦਾ, ਉਹਦੇ ਵੱਲੋਂ ਕੰਪਲੇਂਟ ਆਈ ਹੈ, ਉਹਦੇ ਬਿਹਾਫ 'ਤੇ ਆਪਾਂ ਪਰਚਾ ਦਰਜ ਕਰਾਂਗੇ। ਕੀ ਸੀ ਇਹ, ਕਿਉਂ ਇਹਨਾਂ ਨੇ ਨਿਸ਼ਾਨ ਸਾਹਿਬ ਬਣਾਇਆ, ਜਗ੍ਹਾ ਦੇ ਕਬਜ਼ਾ ਕਰਨਾ ਚਾਹੁੰਦੇ ਸੀ? ਉਹਨਾਂ ਦਾ ਕਾਰਪੋਰੇਸ਼ਨ ਦਾ ਮੈਟਰ ਹੈਗਾ, ਉਹ ਕਲੀਅਰ ਕਰ ਸਕਦੇ ਇਸ ਚੀਜ਼ ਨੂੰ। ਕੌਣ ਸੀ ਬੰਦੇ, ਪਿੰਡ ਦੇ ਰਹਿਣ ਵਾਲੇ? ਉੱਥੋਂ ਦੇ ਵਸਨੀਕ ਹੈਗੇ।